ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਸੀਂ ਤੁਹਾਡੇ ਤੋਂ ਨਾ ਕੁਝ ਸਵਾਲ ਪੁੱਛਣੇ ਚਾਹੁੰਦੇ ਹਾਂ ਕਿ ਜਿਵੇਂ ਤੁਸੀਂ ਸਿੰਗਰਾਂ ਦੇ ਉੱਪਰ ਕੇਸ ਕਰਨਾ ਸੀ, ਤੁਸੀਂ 18 ਤਰੀਕ ਦਿੱਤੀ ਸੀ ਤੇ ਉਹ ਹੁਣ ਦਿਨ ਨੇੜੇ ਆ ਰਹੇ ਨੇ, ਮੰਨ ਲਓ ਜਿਵੇਂ ਅਸਲ ਵਿੱਚ 18 ਦਸੰਬਰ ਮਾਨਯੋਗ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ ਹੈ। ਉਸ ਸੁਣਵਾਈ ਦੇ ਵਿੱਚ ਇਹੋ ਜਿਹਾ ਗਾਇਕ ਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰਵਾਵਾਂਗਾ, ਪਰ ਉਸ ਤੋਂ ਪਹਿਲੇ 15 ਦਸੰਬਰ ਇਹਨਾਂ ਗਾਇਕਾਂ ਨੂੰ ਮੈਂ ਸਮਾਂ ਦਿੱਤਾ ਸੀ, ਜੋ ਅੱਜ ਆਖਰੀ ਦਿਨ ਹੈ, ਪਰ ਹਾਲੇ ਤੱਕ ਇੱਕ ਵੀ ਸਾਹਮਣੇ ਆ ਕੇ ਮਾਫ਼ੀ ਨਹੀਂ ਮੰਗਿਆ ਹੈ, ਸਿਵਾ ਇੱਕ ਸੁਖਵਿੰਦਰ ਸੁੱਕੀ ਹੈ ਜੋ ਬਠਿੰਡਾ ਦੇ ਅਸਲੇ ਮਸਲੇ ਗਾਣੇ ਗਾਏ ਸਨ, ਉਹਨਾਂ ਨੇ ਮਾਫ਼ੀ ਮੰਗਿਆ ਹੈ ਫਾਸਟਵੇਜ ਨਿਊਜ਼ ਚੈਨਲ ਤੇ। ਮੈਂ ਆਪਾਂ ਚੈਨਲ ਤੇ ਬੈਠੇ ਹਾਂ, ਜੇ ਰਾਓ ਸਾਹਿਬ ਬੈਠੇ ਨੇ, ਜੇ ਮੈਨੂੰ ਲੱਗਦਾ ਜੇ ਇਸ ਗੀਤ ਦਾ ਕੋਈ ਗਲਤ ਮਤਲਬ ਕਿਸੇ ਨੇ ਕੱਢਿਆ ਜਾਂ ਗਲਤ ਲੱਗਿਆ, ਮੈਂ ਤਾਂ ਹੱਥ ਜੋੜ ਕੇ ਮਾਫ਼ੀ ਮੰਗਦਾ। ਮੈਂ ਤਾਂ 100 ਵਾਰ ਮਾਫ਼ੀ ਮੰਗੂਗਾ। ਮੈਂ ਤਾਂ ਕਹਿੰਦਾ ਵੀ ਜਿਹੜੇ ਕਲਾਕਾਰਾਂ ਨੇ ਗਾਏ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਜਿਹੜੇ ਸਾਡੇ ਬਹੁਤ ਵੱਡੇ ਲੈਵਲ ਤੇ, ਮੈਂ ਤਾਂ ਬਹੁਤ ਛੋਟਾ ਕਲਾਕਾਰ ਹਾਂ, ਮੇਰੇ ਤੋਂ ਬੜੇ ਵੱਡੇ ਲੈਵਲ ਤੇ ਕਲਾਕਾਰ ਬੈਠੇ ਨੇ। ਠੀਕ ਹੈ ਠੀਕ ਹੈ, ਤੇ ਹੋਰ ਕਿਸੇ ਸਿੰਗਰ ਨੇ ਮਾਫ਼ੀ ਨਹੀਂ ਮੰਗੀ ਜੀ? ਨਹੀਂ ਬਿਲਕੁਲ ਨਹੀਂ, ਇੱਕ ਵੀ ਸਾਹਮਣੇ ਆ ਕੇ ਮਾਫ਼ੀ ਨਹੀਂ ਮੰਗਿਆ ਹੈ। ਮੈਨੂੰ ਲੱਗਦਾ ਹੈ ਜ਼ਰੂਰ ਇਹਨਾਂ ਤੇ ਕਾਰਵਾਈ ਹੋਏਗੀ, ਇਹਨਾਂ ਨੂੰ ਛੱਡਣਾ ਨਹੀਂ ਹੈਗਾ, ਕਾਨੂੰਨੀ ਤੌਰ ਤੇ ਇਹਨਾਂ ਨੂੰ ਮੈਂ ਹੈਂਡਲ ਕਰਾਂਗਾ। ਜੀ ਸਰ, ਤੇ ਤੁਹਾਨੂੰ ਉਮੀਦ ਹੈ ਕਿ ਅੱਜ ਦੇ ਡੇਟ ਦੇ ਵਿੱਚ ਕੋਈ ਸਿੰਗਰ ਤੁਹਾਡੇ ਤੋਂ ਮਾਫ਼ੀ ਮੰਗੇਗਾ ਅੱਜ ਤੱਕ? ਅੱਜ ਆਖਰੀ ਦਿਨ ਹੈ, ਸਿਰਫ 10 ਘੰਟੇ ਰਹਿ ਗਏ ਨੇ, ਮੈਨੂੰ ਨਹੀਂ ਲੱਗਦਾ ਕੋਈ ਅੱਗੇ ਆ ਕੇ ਸਾਹਮਣੇ ਮਾਫ਼ੀ ਮੰਗਣਗੇ, ਪਰ ਜੇ ਨਹੀਂ ਮੰਗਦੇ ਤਾਂ ਕਾਨੂੰਨ ਆਪਣੀ ਕੰਮ ਕਰੇਗੀ। ਹੁਣ ਮਾਮਲਾ ਕੋਰਟ ਦੇ ਵਿੱਚ ਹੋਵੇਗਾ, ਕੋਰਟ ਇਹਨਾਂ ਨੂੰ ਹੈਂਡਲ ਕਰੇਗੀ। ਜਿਹੜੀ ਤੁਸੀਂ ਇਹ ਕੰਮ ਕਰ ਰਹੇ ਹੋ, ਜਿਹੜਾ ਮੁੱਦਾ ਤੁਸੀਂ ਉਠਾਇਆ ਕਿ ਇਹਦੇ ਬਾਅਦ ਤੁਹਾਨੂੰ ਕਿਸੇ ਸਿੰਗਰ ਦਾ ਜਾਂ ਕਿਸੇ ਧਿਰ ਵੱਲੋਂ ਫੋਨ ਵੀ ਆਇਆ ਵਿਰੋਧ ਦੇ ਵਿੱਚ, ਤੁਹਾਨੂੰ ਧਮਕੀ ਦਿੱਤੀ ਗਈ ਹੋਏ? ਨਹੀਂ, ਇੱਕ ਵੀ ਨਹੀਂ ਹੈ ਜੀ, ਇੱਕ ਵੀ ਨਹੀਂ ਹੈ, ਕੋਈ ਮੈਨੂੰ ਵਿਰੋਧ ਨਹੀਂ ਕੀਤਾ, ਨਾ ਹੀ ਕੋਈ ਧਮਕੀ ਦਿੱਤੇ ਨੇ, ਸਾਰੇ ਦੇ ਸਾਰੇ ਮੈਨੂੰ ਸਪੋਰਟ ਕਰਦੇ ਨੇ, ਸਿਵਾ ਸਿਰਫ ਗਾਇਕ, ਈਵਨ ਕੁਝ ਗਾਇਕ ਦੇ ਫੈਨ ਵੀ ਮੈਨੂੰ ਸਪੋਰਟ ਕਰਦੇ ਨੇ। ਕੋਈ ਵੀ ਧਮਕੀ ਨਹੀਂ ਦਿੱਤਾ ਮੈਨੂੰ, ਕੋਈ ਕੁਛ ਨਹੀਂ ਕਿਹਾ, ਪੂਰਾ ਪੰਜਾਬ ਮੇਰਾ ਨਾਲ ਨੇ, ਮੇਰਾ ਆਸ਼ੀਰਵਾਦ ਕਰਦੇ ਨੇ, ਮੇਰੇ ਪੰਜਾਬੀ ਲੋਕ ਮੇਰੇ ਤੇ। ਜੀ ਅੱਛਾ ਅੱਛਾ ਜੀ, ਮਤਲਬ ਕਿ ਪੰਜਾਬੀ ਲੋਕ ਤੁਹਾਡੇ ਨਾਲ ਸਾਰੇ ਖੜੇ ਹੋਏ ਨੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜੀ? ਬਿਲਕੁਲ। ਤੁਹਾਡਾ ਹੁਣ 18 ਤਰੀਕ ਨੂੰ ਕੀ ਕਦਮ ਹੋਏਗਾ, ਕੀ ਕਦਮ ਚੁੱਕੋਗੇ 18 ਤਰੀਕ ਨੂੰ ਤੁਸੀਂ? ਜੀ ਬਿਲਕੁਲ, ਹੁਣ ਮਾਮਲਾ ਕੋਰਟ ਵਿੱਚ ਹੈਗਾ ਤੇ ਕੋਰਟ ਆਪਣੀ ਕੰਮ ਕਰੇਗੀ। ਮੈਂ ਤਾਂ ਸਿਰਫ ਬੇਨਤੀ ਕਰ ਸਕਦਾ ਕੋਰਟ ਦੇ ਸਾਹਮਣੇ ਕਿ ਇਹੋ ਜਿਹਾ ਗਾਇਕ ਵੱਲੋਂ ਗਾਏ ਨੇ ਗਾਣੇ ਦੇ ਜਿਹੜੇ ਪ੍ਰਭਾਵ ਹੋਏ ਆ ਸਮਾਜ ਤੇ, ਇਸਦੀ ਲੈਣ ਦੇਣ ਵਾਲੇ ਹਿਸਾਬ ਕਰਨ ਵਾਲੇ ਜ਼ਿੰਮੇਦਾਰੀ ਕੋਰਟ ਦੀ ਹੈ, ਇਸ ਲਈ ਕੋਰਟ ਉਹਨਾਂ ਗਾਇਕ ਨੂੰ ਕੋਰਟ ਦੇ ਵਿੱਚ ਸੰਮਨ ਦੇਗੀ। ਇਹ ਲੋਕ ਕੋਰਟ ਦੇ ਸਾਹਮਣੇ ਹਾਜ਼ਰ ਹੋਣਾ ਤੇ ਜਵਾਬ ਦੇਣਗੇ ਕੋਰਟ ਦੇ ਵਿੱਚ। ਜੀ ਠੀਕ ਹੈ, ਤੇ ਤੁਸੀਂ ਕੋਰਟ ਤੋਂ ਕੀ ਉਮੀਦ ਰੱਖਦੇ ਹੋ ਜੀ? ਕੋਰਟ ਦੇ ਮੈਂ ਤਾਂ ਉਮੀਦ ਇਹ ਰੱਖਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੱਚਰ ਹਥਿਆਰੀ ਸ਼ਰਾਬੀ ਗਾਣਾ ਨਾ ਬਣੇ, ਇਸ ਲਈ ਇੱਕ ਇਹੋ ਜਿਹਾ ਸੈਂਸਰ ਬੋਰਡ ਬਣਾਇਆ ਜਾਵੇ ਜਾਂ ਸਰਕਾਰ ਵੱਲੋਂ ਕੋਈ ਸੱਭਿਆਚਾਰਕ ਨੀਤੀ ਬਣਾਇਆ ਜਾਵੇ। ਕੋਰਟ ਵੱਲੋਂ ਉਮੀਦ ਇਹ ਹੈ ਕਿ ਇਹੋ ਜਿਹਾ ਸੈਂਸਰ ਬੋਰਡ ਜਾਂ ਸੱਭਿਆਚਾਰਕ ਨੀਤੀ ਬਣਾ ਜੇ ਬਣ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੱਚਰ ਹਥਿਆਰੀ ਸ਼ਰਾਬੀ ਗਾਣੇ ਨਹੀਂ ਬਣਨਗੇ। ਪਰ ਕੋਰਟ ਤੋਂ ਮੇਰਾ ਇਹ ਵੀ ਉਮੀਦ ਹੈ ਕਿ ਜੋ ਗਲਤ ਗਾਣਾ ਗਾ ਚੁੱਕੇ ਨੇ ਗਾਇਕ, ਉਹਨਾਂ ਨੂੰ ਵੀ ਹਿਸਾਬ ਕਿਤਾਬ ਕਰੇਗੀ ਕੋਰਟ। ਜੀ ਅੱਛਾ ਅੱਛਾ, ਮਤਲਬ ਕਿ ਤੁਸੀਂ ਕੋਰਟ ਤੋਂ ਪੂਰੀ ਉਮੀਦ ਰੱਖਦੇ ਹੋ ਕਿ ਪੂਰਾ ਇਨਸਾਫ ਕਰੇਗਾ ਕੋਰਟ?
ਬਿਲਕੁਲ 100% ਕਿਉਂਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਇਸ ਮੁੱਦੇ 'ਚ ਬਹੁਤ ਸਖ਼ਤ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਪੰਜਾਬ ਸਰਕਾਰ ਨੂੰ ਵੀ ਨੋਟਿਸ ਕੱਢਿਆ ਹੋਇਆ ਹੈ। ਮੈਨੂੰ ਲੱਗਦਾ ਹੈ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਜ਼ਰੂਰ ਮੈਨੂੰ ਇਨਸਾਫ਼ ਦੇਵੇਗੀ ਜੀ। ਠੀਕ ਹੈ ਜੀ, ਸਾਰੇ ਦਰਸ਼ਕ ਬਹੁਤ ਇੰਤਜ਼ਾਰ ਕਰ ਰਹੇ ਨੇ ਕਿ 18 ਤਰੀਕ ਨੂੰ ਕੋਰਟ ਦੇ ਵਿੱਚ ਜਿਹੜੀ ਤੁਸੀਂ ਪਟੀਸ਼ਨ ਪਾਓਗੇ ਉਸ ਤੋਂ ਬਾਅਦ ਕੀ ਫੈਸਲਾ ਹੋਏਗਾ। ਤੇ ਅੱਜ ਤੱਕ ਦਾ ਤੇ ਇੰਤਜ਼ਾਰ ਦਰਸ਼ਕਾਂ ਦਾ ਖਤਮ ਹੋ ਚੁੱਕਾ ਹੈ, ਜਿਹੜੇ ਸਿੰਗਰਾਂ ਤੋਂ ਮਾਫੀ ਮੰਗਣ ਵਾਲੀ ਗੱਲ ਸੀ ਕਿਉਂਕਿ ਕਿਸੇ ਸਿੰਗਰ ਨੇ ਮਾਫੀ ਮੰਗੀ ਨਹੀਂ, ਹਨਾ ਜੀ, ਸਿਰਫ ਸੁਖਵਿੰਦਰ ਸੁੱਕੀ ਨੂੰ ਛੱਡ ਕੇ। ਹਾਂਜੀ ਹਾਂ, ਉਹਨਾਂ ਨੂੰ ਛੱਡ ਕੇ ਕਿਸੇ ਹੋਰ ਨੇ ਮਾਫੀ ਮੰਗੀ ਨਹੀਂ। ਤੇ ਉਹਨਾਂ ਦੇ ਤੁਸੀਂ ਹੁਣ ਤੱਕ ਕਿੰਨੇ ਸਿੰਗਰਾਂ ਦੇ ਖਿਲਾਫ ਤੁਸੀਂ ਪਟੀਸ਼ਨ ਦਾਇਰ ਕਰਾ ਚੁੱਕੇ ਹੋ? ਜੀ ਕੁੱਲ 4 ਨੇ, ਉਹਨਾਂ ਦੇ ਵਿੱਚ ਘਰ ਦੀ ਸ਼ਰਾਬ ਹੋਵੇ ਗਾਉਣ ਵਾਲੇ ਗੁਰਦਾਸ ਸਿੰਘ ਜੀ, 4 ਬਾਟਲ ਲੋੜਕਾ ਰੋਜ਼ ਮੇਰਾ ਰੋਜ਼ ਮੇਰਾ ਕੰਮ ਕਾ ਗਾਉਣ ਵਾਲੇ ਹਨੀ ਸਿੰਘ, ਚੌਥਾ ਪੈਗ ਲਾ ਕੇ ਮੇਰਾ ਬਾਫੜੀ ਗਾਉਣ ਵਾਲੇ ਬੱਬੂ ਮਾਨ, ਅਤੇ ਚੰਡੀਗੜ੍ਹ ਕੁੜੀ ਮਿਲੀ ਚੌਕਲੇਟ ਵਰਗੀ ਬਾਟਲ ਸ਼ਰਾਬ ਦੀ ਗਾਉਣ ਵਾਲੇ ਦਲਜੀਤ ਦੋਸਾਂਝ, 4 ਲੋਕਾਂ ਦੇ ਨਾਂ ਤੇ ਗਾਣਾ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਦਰਜ ਹੈ ਜੀ। ਤੇ ਇਸ ਤੋਂ ਬਾਅਦ ਹੋਰ ਵੀ ਕਿਸੇ ਦਾ ਤੁਸੀਂ ਦਾਇਰ ਕਰਵਾਓਗੇ ਜੀ, ਤੁਹਾਡੀ ਕੀ ਕੋਸ਼ਿਸ਼ ਹੈ? ਜੀ ਬਿਲਕੁਲ ਬਿਲਕੁਲ ਬਿਲਕੁਲ, 18 ਦਸੰਬਰ ਸੁਣਵਾਏ ਦੇ ਵਕਤ ਮੈਂ ਇਹੋ ਜਿਹਾ ਗਾਣੇ ਵੀ ਦਰਜ ਕਰਾਂਗਾ ਜਿਵੇਂ ਹੋਸਟਲ ਵਾਲਾ ਕਮਰਾ ਦੇਵੋ ਜੀ ਸ਼ਰਾਬ ਪੀਣੀ ਹੈ ਗਾਉਣ ਵਾਲੇ ਸ਼੍ਰੀਮਾਨ, ਡਿੱਕੀ ਖੋਲ ਕੇ ਪੈਗ ਬਲੀਏ ਗਾਉਣ ਵਾਲੇ ਸ਼੍ਰੀਮਾਨ, ਅਤੇ ਹੋਰ ਬਹੁਤ ਸਾਰੇ ਹੋਰ ਇੱਕ ਗਾਇਕ ਹੈ ਜਿਨ੍ਹਾਂ ਦਾ ਨਾਮ ਮੈਂ ਜ਼ਰੂਰ ਦਰਜ ਕਰਾਂਗਾ, ਉਹ ਹੈ ਸਿੱਧੂ ਸਿੱਧੂ ਮਸੂਲੀ ਗਾਇਕ ਜੋ ਹਥਿਆਰੇ ਦੀ ਗਾਣਾ ਗਾਉਂਦੇ ਨੇ, ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋਏਗੀ। ਠੀਕ ਹੈ ਜੀ, ਮਤਲਬ ਕਿ ਤੁਸੀਂ ਪੂਰੀ ਕਾਰਵਾਈ ਇਹਨਾਂ ਦੇ ਖਿਲਾਫ਼ ਕਰੋਗੇ ਹੁਣ, ਹਨਾ ਜੀ? ਜੀ ਬਿਲਕੁਲ 100%। ਤੇ ਠੀਕ ਹੈ ਜੀ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਜੀ, ਸਾਰਾ ਪੰਜਾਬ ਤੁਸੀਂ ਜਿਵੇਂ ਕਹਿ ਰਹੇ ਹੋ ਤੁਹਾਡੇ ਨਾਲ ਹੈ, ਤੇ ਅਸੀਂ ਵੀ ਤੁਹਾਡੇ ਨਾਲ ਹਾਂ, ਤੁਹਾਡੀ ਆਵਾਜ਼ ਨੂੰ ਅਸੀਂ ਉਠਾਉਣ ਦੇ ਲਈ ਹਰ ਇੱਕ ਯਤਨ ਕਰਦੇ ਹਾਂ ਕੌਮੀ ਸੋ ਚੈਨਲ ਦੇ ਵੱਲੋਂ, ਤੇ ਬਹੁਤ ਧੰਨਵਾਦ ਜੀ ਤੁਹਾਡਾ ਜੀ। ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ, ਤੁਹਾਡੇ ਇੱਕ ਜਿਹੜੇ ਚੈਨਲ ਹੈ ਕੌਮੀ ਆਵਾਜ਼, ਇਹ ਬਹੁਤ ਵਧੀਆ ਸੰਦੇਸ਼ ਹਰ ਥਾਂ ਤੇ ਲੋਕਾਂ ਤੱਕ ਪਹੁੰਚਾ ਰਿਹਾ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।